ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਫੋਕਸ ਪੰਜਾਬੀ ਦੀ ਟੀਮ ਵੱਲੋਂ ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਮਿਆਨ ਇੱਕ ਮਹਾਨ ਸ਼ਖਸੀਅਤ, ਇੱਕ ਚੰਗੇ ਲਿਖਾਰੀ ਅਤੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਸਿਰਸਾ ਸਾਡੇ ਦਰਮਿਆਨ ਹਾਜ਼ਰ ਨੇ। ਅੱਜ ਉਹ ਜਿਸ ਮਿਸ਼ਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਨੇ, ਸੋ ਉਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਉਹ ਕਿਸ ਮਿਸ਼ਨ ਨੂੰ ਲੈ ਕੇ ਅਤੇ ਅੱਜ ਕਿਸ ਵਿਸ਼ੇ ਦੇ ਉੱਪਰ ਉਹ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਅਸੀਂ ਕੱਲ੍ਹ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ 5 ਤਰੀਕ ਤੋਂ ਅਰਦਾਸ ਕਰਕੇ ਅਤੇ ਉੱਥੋਂ ਅਸੀਂ ਚੱਲੇ ਹਾਂ। ਜਲੰਧਰ ਹੁੰਦੇ ਹੋਏ ਰਾਤ ਅਸੀਂ ਲੁਧਿਆਣਾ ਠਹਿਰੇ ਹਾਂ ਅਤੇ ਅੱਜ ਅਸੀਂ ਇੱਥੋਂ ਚੱਲ ਕੇ 6 ਤਰੀਕ ਨੂੰ ਪੰਜਾਬ ਦੇ ਰਾਜਪਾਲ ਨੂੰ ਜਿਹੜਾ ਹੈ ਉਹ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ। ਸਾਡੇ ਅੱਜ ਦਾ ਜਿਹੜਾ ਮੁੱਖ ਮੰਗ ਪੱਤਰ ਹੈ ਇਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਜਿਹੜੀ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਆ ਜਿਹਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ, ਉਹਦੇ ਵੱਲੋਂ ਸਾਡੇ 'ਤੇ ਸਿੱਖ ਧਰਮ ਦੇ ਉੱਤੇ ਹਮਲੇ ਦੁਸ਼ਮਣ ਤਾਂ ਕਰਦੇ ਆ ਰਹੇ ਨੇ, ਪਰ ਇਹਨਾਂ ਵੱਲੋਂ ਕਿਸ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਇਹਨਾਂ ਨੇ ਹੁਣ ਤੱਕ ਕੀ ਕੁਛ ਕੀਤਾ, ਕਿਸ ਤਰ੍ਹਾਂ ਦੀਆਂ ਕਿਤਾਬਾਂ ਕਿਵੇਂ ਲਿਖਾਈਆਂ, ਉਹਦੇ ਸੰਬੰਧ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਇਹ ਮੇਰੇ ਕੋਲ ਹਿੰਦੀ ਪੁਸਤਕ ਹੈ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1999 ਦੇ ਵਿੱਚ ਜਿਹੜੀ ਆ ਇਹ ਪਬਲਿਸ਼ ਕਰਾਈ ਸੀ। ਇਸ ਕਿਤਾਬ ਦੇ ਵਿੱਚ ਜੋ ਲਿਖਿਆ ਗੁਰੂ ਸਾਹਿਬਾਂ ਬਾਰੇ ਲਿਖਿਆ ਉਹ ਬਹੁਤ ਹੀ ਮੰਦੀ ਸ਼ਬਦਾਵਲੀ ਹੈ ਅਤੇ ਮੇਰੇ ਤੋਂ ਉਹ ਵਾਰ ਵਾਰ ਜਿਹੜੀ ਆ ਉਹ ਬੋਲੀ ਨਹੀਂ ਜਾ ਰਹੀ ਵੀ ਇਹਦੇ ਵਿੱਚ ਕੀ ਕੁਛ ਜਿਹੜਾ ਲਿਖਿਆ। ਜਿਸ ਤਰ੍ਹਾਂ ਕਿ ਸ਼ਰਮ ਆਉਂਦੀ ਗੱਲ ਕਰਦਿਆਂ ਗੁਰੂ ਸਾਹਿਬਾਂ ਨੂੰ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਕਿ ਨਾਨਕ ਕਾ ਗੁਰੂ ਇੱਕ ਮੁਸਲਮਾਨ ਤਾ, ਨਾਨਕ ਮੁਗਲੋਂ ਕੋ ਭਾਰਤ ਮੇ ਲਾਇਆ, ਨਾਨਕ ਨੇ ਸਵਦੇਸ਼ੀਓ ਕਾ ਧਰਮ ਹੀ ਅਪਣਾਇਆ ਤਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਬਾਰੇ ਲਿਖਿਆ ਕਿ ਅਰਜਨ ਨੇ ਆਤਮ ਹੱਤਿਆ ਕਰੀ ਥੀ, ਅਰਜਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ ਥਾ, ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ, ਸੋਤੇ ਸਮੇਂ ਮੌਤ ਕੇ ਬੈਸੇ ਸਾਠ ਸੰਭੂਧਾਰੀ ਪੈਰੇ ਪਰ ਖੜੇ ਰੱਖਦਾ ਥਾ। ਇਸੇ ਤਰ੍ਹਾਂ ਮਤਲਬ ਕਿ ਜਿਹੜੀ ਇਹ ਚੀਜ਼ਾਂ ਹੋਰ ਨੇ ਬਹੁਤ ਕੁਝ ਇਹ 'ਚ ਲਿਖਿਆ ਅਤੇ ਇਹ ਚੀਜ਼ਾਂ ਅਸੀਂ ਲੈ ਕੇ ਅਤੇ ਗਵਰਨਰ ਪੰਜਾਬ ਨੂੰ ਜਿਹੜਾ ਉਹ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਇਹ ਕਿਤਾਬ 1999 ਵਿੱਚ ਬੀਬੀ ਜਗੀਰ ਕੌਰ ਜਿਸ ਟਾਈਮ 'ਤੇ ਪ੍ਰਧਾਨ ਸੀ, ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਇਹ ਸਮਰਪਿਤ ਜਿਹੜੀ ਆ ਇਹ ਪਬਲਿਸ਼ ਹੋਈ ਆ ਔਰ ਉਸ ਇਹਦੇ ਵਿੱਚ ਮੁੱਖ ਦੋਸ਼ੀ ਹੈ। ਉਸ ਟਾਈਮ ਦੇ ਉੱਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਵਗੈਰਾ, ਮੁੱਖ ਸਕੱਤਰ, ਉਹ ਸਾਰੇ ਦੋਸ਼ੀ ਨੇ ਅਤੇ ਉਹਦੇ ਖਿਲਾਫ਼ ਅਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਪ੍ਰਧਾਨ ਆਏ ਨੇ ਜਿਵੇਂ ਕਿ ਸਰਦਾਰ ਅਵਤਾਰ ਸਿੰਘ ਮੱਕੜ ਆਇਆ, ਕਿਰਪਾਲ ਸਿੰਘ ਬਡੂੰਗਰ ਆਇਆ, ਮੌਜੂਦਾ ਪ੍ਰਧਾਨ ਜਿਹੜਾ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਹੈ, ਇਹ ਵੀ ਇਹ 'ਚ ਦੋਸ਼ੀ ਨੇ ਕਿਉਂਕਿ ਅਸੀਂ ਇਹਨਾਂ ਸਾਰਿਆਂ ਤੱਕ ਹੁਣ ਤੱਕ ਪਹੁੰਚ ਕੀਤੀ ਹੈ ਅਤੇ ਇਹਨਾਂ ਨੇ ਅੱਜ ਤੱਕ ਇਹਨਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ। ਇੱਥੋਂ ਤੱਕ ਕਮੇਟੀਆਂ ਵੀ ਬਣੀਆਂ, ਉਹ ਕਮੇਟੀ ਦੀ ਜਿਹੜੀ ਪੜਚੋਲ ਸੀ ਸਰਦਾਰ ਕਿਰਪਾਲ ਸਿੰਘ ਹੋਰਾਂ ਨੂੰ ਇੱਕ ਇਹਨਾਂ ਨੇ ਪੜਚੋਲ ਕਮੇਟੀ ਬਣਾਈ, ਉਸ ਪੜਚੋਲ ਕਮੇਟੀ ਨੇ ਵੀ ਜਿਹੜੀ ਸੀ ਰਿਪੋਰਟ ਦਿੱਤੀ ਲਿਖਤੀ ਤੌਰ ਦੇ ਉੱਤੇ ਕਿ ਇਹ ਜਿਹੜੀ ਕਿਤਾਬ ਛਪੀ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਬਹੁਤ ਵੱਡੀ ਸਾਜਿਸ਼ ਦੇ ਤਹਿਤ ਇਹ ਕਿਤਾਬ ਜਿਹੜੀ ਆ ਇਹ ਛਪਾਈ ਆ ਵਿੱਚ ਕਿਸੇ ਬੰਦੇ ਨੇ ਅਤੇ ਉਸ ਬੰਦੇ ਦੀ ਜਿਹੜੀ ਆ ਪੜਚੋਲ ਕੀਤੀ ਜਾਵੇ ਕਿ ਉਹ ਕੌਣ ਆਦਮੀ ਆ ਜਿਹਨੇ ਇਹ ਐਡਾ ਵੱਡਾ ਸਾਡੇ 'ਤੇ ਸਿੱਖ ਕੌਮ 'ਤੇ ਜਿਹੜਾ ਹੈ ਉਹ ਹਮਲਾ ਕੀਤਾ ਹੈ। ਲੇਕਿਨ ਅਫਸੋਸ ਹੈ ਕਿ 11/9/2007 ਤੋਂ ਲੈ ਕੇ ਜੋ ਕਿ ਸਰਦਾਰ ਕਿਰਪਾਲ ਸਿੰਘ ਇੱਕ ਵਿਦਵਾਨ ਨੇ ਅਤੇ ਬਹੁਤ ਵੱਡੇ ਸਕਾਲਰ ਨੇ ਅਤੇ ਉਹਨਾਂ ਨੇ ਉਹਨਾਂ ਦੀ ਪ੍ਰਧਾਨੀ ਕਮੇਟੀ ਬਣੀ ਸੀ, 6 ਮੈਂਬਰੀ ਕਮੇਟੀ ਸੀ। ਅੱਜ ਤੱਕ ਉਸ ਰਿਪੋਰਟ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਆ ਕੋਈ ਅੱਗੇ ਕਮੇਟੀ ਨਹੀਂ ਬਣਾਈ, ਕੋਈ ਉਹਦੀ ਪੜਚੋਲ ਨਹੀਂ ਕਰਾਈ ਅਤੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜੋ ਮੈਂ ਇਹਨੂੰ ਤੱਥ ਸਾਹਮਣੇ ਮੇਰੇ ਸਾਹਮਣੇ ਤੱਥ ਆਏ ਸਨ, ਮੈਂ ਲੋਕਾਂ ਸਾਹਮਣੇ ਰੱਖੇ ਆ ਕਿ ਇਹ ਕਿਤਾਬ RSS ਵਾਲਿਆਂ ਨੇ ਨਾਗਪੁਰ ਤੋਂ ਖਰੜਾ ਤਿਆਰ ਕੀਤਾ ਔਰ ਉਸ ਤੋਂ ਬਾਅਦ ਇਹ ਖਰੜਾ ਪ੍ਰਕਾਸ਼ ਸਿੰਘ ਬਾਦਲ ਕੋਲ ਆਇਆ। ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਇਹ ਖਰੜਾ ਆਪਣੇ ਕਿਸੇ ਵਿਸ਼ਵਾਸ ਪਾਤਰ ਨੂੰ ਸ਼੍ਰੋਮਣੀ ਕਮੇਟੀ ਦਿੱਤਾ ਅਤੇ ਉਸ ਨੇ ਇਹ ਕਿਤਾਬ ਜਿਹੜੀ ਆ ਸ਼੍ਰੋਮਣੀ ਕਮੇਟੀ 'ਚ ਮਤਾ ਪਾ ਕੇ ਅਤੇ ਇਹ ਕਿਤਾਬ ਜਿਹੜੀ ਆ ਇਹ ਪਬਲਿਸ਼ ਕਰਾਈ ਆ। ਜਿਸ ਕਰਕੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਕਿਤਾਬ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰਿਆਂ 'ਤੇ ਉਹਦੇ ਹੀ ਇਸ਼ਾਰਿਆਂ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕਰਾਈ ਆ। RSS ਨੂੰ ਖੁਸ਼ ਕਰਨ ਵਾਲੇ ਹਿੰਦੁੱਤਵ ਨੂੰ ਖੁਸ਼ ਕਰਨ ਵਾਸਤੇ ਇਹ ਕਿਤਾਬ ਪਬਲਿਸ਼ ਆ। ਇਹੀ ਕਿਤਾਬ ਨਹੀਂ, ਇਸ ਤੋਂ ਬਗੈਰ ਗੁਰਬਿਲਾਸ ਪਾਤਸ਼ਾਹੀ 6ਵੀਂ ਹੈ, ਉਸ ਕਿਤਾਬ ਦੇ ਵਿੱਚ ਵੀ ਜੋ ਲਿਖਿਆ ਹੈ ਉਹ ਤੁਸੀਂ ਹੈਰਾਨ ਹੋਵੋਗੇ ਵੀ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਕਿਤਾਬ ਹੈ। ਇਹਦੇ 'ਤੇ ਵੀ ਜੋ ਲਿਖਿਆ ਮੈਂ ਸਿਰਫ 2 ਪੁਆਇੰਟ ਤੁਹਾਡੇ ਨਾਲ ਸਾਂਝੇ ਕਰਾਂਗਾ। ਜਿਸ ਤਰ੍ਹਾਂ ਕਿ ਇਹ 'ਚ ਲਿਖਿਆ ਕਿ ਉਸ ਵਕਤ ਦੀ ਗੱਲ ਲਿਖੀ ਹੈ ਜਦੋਂ ਕਿ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਦੂਸਰੀ ਵਾਰ ਪੁੱਤਰ ਪ੍ਰਾਪਤੀ ਦੇ ਵਰ ਲਈ ਗਏ ਨੇ ਅਤੇ ਉਸ ਟਾਈਮ 'ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਅਤੇ ਮਾਤਾ ਜੀ ਦਾ ਪੇਟ ਜਿਹੜਾ ਸੀ ਉਸੇ ਟਾਈਮ 'ਤੇ ਗਰਭਵਤੀ ਔਰਤ ਵਰਗਾ ਹੋ ਗਿਆ ਅਤੇ ਫਿਰ ਮਾਤਾ ਜੀ ਬੜੇ ਖੁਸ਼ ਹੋਏ ਅਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਵੀ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਉਹਨਾਂ ਨੇ ਬਹੁਤ ਹੀ ਦਾਨ ਦਕਸ਼ਣਾ ਦਿੱਤੀ। ਦੂਸਰਾ ਪੁਆਇੰਟ ਇਹ ਹੈ
ਕਿ ਜਦੋਂ ਸ੍ਰੀ ਹਰਗੋਬਿੰਦ ਪਾਤਸ਼ਾਹ ਦਾ ਲਾਹੌਰ ਦੇ ਵਿੱਚ ਕਾਜੀ ਦੇ ਘਰ ਦੇ ਕੋਲ ਦਰਬਾਰ ਲੱਗਾ ਹੋਇਆ ਤੇ ਕਾਜੀ ਦੀ ਜਿਹੜੀ ਪੁੱਤਰੀ ਕੌਲਾਂ ਜਿਹਦਾ ਇਤਿਹਾਸ ਵੀ ਨਾਂ ਆਉਂਦਾ ਹੈ ਉਹ ਬਾਰੀ ਖੋਲ ਕੇ ਬਾਰੀ ਦੇ ਵਿੱਚ ਬੈਠੀ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਿ ਕੌਲਾਂ ਇੱਧਰ ਗੁਰੂ ਦਰਬਾਰ ਚੱਲ ਰਿਹਾ ਹੈ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੈ ਲੇਕਿਨ ਤੇਰੀ ਸੂਰਤ ਵੱਲ ਵੇਖ ਕੇ ਤੇ ਸਿੱਖਾਂ ਦਾ ਮਨ ਹੀ ਇੱਧਰ ਲੱਗ ਰਿਹਾ ਤੇ ਤੂੰ ਇਹ ਜਿਹੜੀ ਬਾਰੀ ਹੈ ਇਹ ਬੰਦ ਕਰ ਲਾ ਕਿੱਡੇ ਦੁੱਖ ਦੀ ਗੱਲ ਹੈ ਕਿੰਨੇ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਆਪ ਖੁਦ ਬਿਰਾਜਮਾਨ ਹੋਣ ਤੇ ਉਸ ਵਕਤ ਦੇ ਸਿੱਖ ਬੈਠੇ ਹੋਣ ਤੇ ਉਹਨਾਂ ਦੀ ਜਿਹੜੀ ਆ ਉਹ ਅਕਾਲ ਪੁਰਖ ਦੀ ਜੋ ਉਸਤਤ ਹੋ ਰਹੀ ਹੈ ਉੱਧਰ ਤਾਂ ਬਿਰਤੀ ਨਹੀਂ ਲੱਗ ਰਹੀ ਪਰ ਇੱਕ ਖੂਬਸੂਰਤ ਬੀਬੀ ਬੀਬੀ ਵੱਲ ਵੇਖ ਕੇ ਉਹਦੀ ਸੂਰਤ ਵੱਲ ਵੇਖ ਕੇ ਅਤੇ ਮਨ ਲਲਚਾ ਰਿਹਾ ਅਤੇ ਗੁਰੂ ਨੂੰ ਕਹਿਣਾ ਪਿਆ ਫਿਰ ਸਿੱਖ ਕੌਮ ਫੈਸਲਾ ਕਰੇ ਵੀ ਕੀ ਗੁਰੂ ਸਾਹਿਬ ਇਹ ਸ਼ਬਦ ਕਹਿ ਸਕਦੇ ਨੇ ਸੋ ਇਹ ਕਿਤਾਬ ਵੀ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀ ਆ ਸੋ ਇਸੇ ਤਰ੍ਹਾਂ ਹੋਰ ਵੀ ਹੈ ਗੁਰਮਤਿ ਪ੍ਰਕਾਸ਼ ਮੈਗਜ਼ੀਨ ਵੀ ਹੈ ਇਹਦੇ 'ਤੇ ਵੀ ਬਹੁਤ ਕੁਛ ਹੋਇਆ ਪਰ ਸੋ ਮੈਂ ਇਹ ਗੱਲ ਕਹਿਣੀ ਚਾਹਾਂਗੇ ਅੱਜ ਅਸੀਂ ਗਵਰਨਰ ਨੂੰ ਮੰਗ ਪੱਤਰ ਦੇ ਕੇ ਅਤੇ ਇਹ ਮੰਗ ਕਰ ਰਹੇ ਹਾਂ ਕਿ ਉਸ ਵਕਤ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਉਹਦੇ ਨਾਲ ਦੇ ਜਿੰਨੇ ਵੀ ਉਸ ਟਾਈਮ ਦੇ ਉੱਤੇ ਸਹਿਯੋਗੀ ਸਨ ਉਹਦੇ ਵਿੱਚ ਮੁੱਖ ਸਕੱਤਰ ਧਰਮ ਪ੍ਰਚਾਰ ਕਮੇਟੀ ਸਕੱਤਰ ਐਗਜ਼ੈਕਟਿਵ ਮੈਂਬਰ ਜਿਹੜੇ ਜਿਹੜੇ ਵੀ ਇਹਦੇ 'ਚ ਦੋਸ਼ੀ ਨੇ ਉਹਨਾਂ ਸਾਰਿਆਂ 'ਤੇ ਉਸ ਤੋਂ ਬਾਅਦ ਸਰਦਾਰ ਕਿਰਪਾਲ ਸਿੰਘ ਬਡੂੰਗਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਅਵਤਾਰ ਸਿੰਘ ਮੱਕੜ ਹੈ ਉਹਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦੇ ਵਿੱਚ ਇਹ ਜਿਹੜਾ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਇਹ ਜਿਹੜਾ ਐਡੀਟਰ ਸੀ ਜਿਹੜਾ ਉਸ ਟਾਈਮ ਦੇ ਉੱਤੇ ਐਡੀਟਰ ਸੀ ਇਹਦਾ ਉਹਨੂੰ ਤਾਂ ਸਸਪੈਂਡ ਕਰਤਾ ਇਹਨਾਂ ਵਾਪਸ ਵੀ ਲੈ ਲਈ ਲੇਕਿਨ ਜਿਹੜਾ ਪ੍ਰਧਾਨ ਹੈ ਉੱਥੇ ਤਾਂ ਕੋਈ ਕਾਰਵਾਈ ਨਹੀਂ ਉਹਨਾਂ ਨੇ ਅੱਗੇ ਤਾਂ ਕੋਈ ਕਾਰਵਾਈ ਕੀਤੀ ਵਾਪਸ ਲੈਣਾ ਜਾਂ ਕਿਸੇ ਨੂੰ ਸਸਪੈਂਡ ਕਰਨ ਦੇ ਨਾਲ ਇਹ ਗੱਲ ਖਤਮ ਨਹੀਂ ਹੁੰਦੀ ਵੇਖਣਾ ਇਹ ਆ ਕਿ ਉਹ ਛੁਪਵਾਈ ਕਿੰਨੇ ਆ ਕੀ ਉਹ ਇਕੱਲਾ ਹੀ ਕਸੂਰਵਾਰ ਸੀ ਜਿਹਨੂੰ ਸਸਪੈਂਡ ਕੀਤਾ ਗਿਆ ਅੱਜ ਤੱਕ ਬਾਕੀਆਂ ਨੇ ਕਿਉਂ ਨਹੀਂ ਕੀਤਾ ਗਿਆ ਸੋ ਇਹ ਜਿਹੜੀਆਂ ਵੀ ਕਿਤਾਬਾਂ ਨੇ ਵੀ ਅਵਤਾਰ ਸਿੰਘ ਮੱਕੜ ਵੀ ਅਤੇ ਮੌਜੂਦਾ ਪ੍ਰਧਾਨ ਸ਼੍ਰੋਮਣੀ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਹਦੇ 'ਤੇ ਵੀ ਪਰਚਾ ਹੋਣਾ ਚਾਹੀਦਾ ਕਿਉਂਕਿ ਇਹਨੂੰ ਵੀ ਮੈਂ 2-3-4 ਮਹੀਨੇ ਪਹਿਲਾਂ ਮੰਗ ਪੱਤਰ ਦਿੱਤਾ ਹੈ ਵਿਸਤਾਰ ਪੂਰਵਕ ਜਿਹੜਾ ਸੀ ਉਹਨੂੰ ਸਾਰੇ ਹੋਰ ਵੀ ਬਹੁਤ ਸਾਰੇ ਕਿਤਾਬਾਂ ਨਾਮਧਾਰੀਆਂ ਦੀਆਂ ਜਿਹਨੇ ਕਰਤੂਤ ਹੈ ਉਹ ਵੀ ਸਾਹਮਣੇ ਲਿਆ ਕੇ ਦਿੱਤੀ ਗੁਰਬਾਣੀ ਦੇ ਗੁਰਚਿਆਂ 'ਚ 100-100 ਪੰਨੇ ਦੀ ਭੂਮਿਕਾ ਲਿਖੀ ਜਾ ਰਹੀ ਹੈ ਕਿਸ ਤਰ੍ਹਾਂ ਸਿੱਖ ਕੌਮ 'ਤੇ ਮਾਰੂ ਹਮਲੇ ਹੋ ਰਹੇ ਨੇ ਲਿਖਤੀ ਤੌਰ 'ਤੇ ਹੋ ਰਹੇ ਨੇ ਔਰ ਇਹ ਕਿਸੇ ਵੱਲੋਂ ਨਹੀਂ ਦੁਸ਼ਮਣ ਜਮਾਤਾਂ ਵੱਲੋਂ ਨਹੀਂ ਇਹ ਉਹ ਮਤਲਬ ਕਿ ਜਥੇਬੰਦੀ ਹਮਲੇ ਕਰ ਰਹੀ ਆ ਜਿਹੜੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਹਦੀ ਲੋਕ ਸਿੱਖ ਜਿਹੜੇ ਨੇ ਆਪਣੇ ਵੋਟਾਂ ਰਾਹੀਂ ਚੋਣ ਇਸ ਕਰਕੇ ਕਰਦੇ ਆ ਕਿ ਇਹ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੋ ਸਿੱਖ ਸੰਗਤ ਜਾਂ ਆਮ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਨੇ ਉਹ ਗੁਰੂ ਘਰ ਮੱਥਾ ਟੇਕਣ ਵਾਸਤੇ ਆਉਂਦੇ ਨੇ ਤੋ ਤਿਲ ਫੁੱਲ ਗੁਰੂ ਨੂੰ ਭੇਟਾ ਕਰਦੇ ਆ ਉਹ ਜਿਹੜੀ ਗੋਲਕ ਹੈ ਉਹਦੀ ਸਹੀ ਤਰੀਕੇ ਨਾਲ ਵਰਤੋਂ ਹੋਵੇ ਉਹ ਦੀਨ ਦੁਖੀਆਂ ਦੇ ਇਲਾਜ ਵਾਸਤੇ ਲੋੜਵੰਦਾਂ ਦੀ ਲੋੜ ਵਾਸਤੇ ਉਹ ਜਿਹੜੀ ਉਹਦੀ ਵਰਤੋਂ ਹੋਵੇ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੀਆਂ ਕਿਤਾਬਾਂ ਛਪਾਏਗੀ ਅਤੇ ਫਿਰ ਉਹਦਾ ਰਾਖਾ ਕੌਣ ਹੈ ਇਸ ਕਰਕੇ ਅਸੀਂ ਅੱਜ ਗਵਰਨਰ ਨੂੰ ਮੰਗ ਪੱਤਰ ਦੇ ਕੇ ਅਤੇ ਇਹ ਮੰਗ ਕਰਨ ਜਾ ਰਹੇ ਹਾਂ ਕਿ ਇਹਨਾਂ ਦੇ ਖਿਲਾਫ ਜਿਹੜਾ ਉਹ ਪੁਲਿਸ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਸੋ ਧੰਨਵਾਦ ਕਰਦੇ ਹਾਂ ਜੀ ਸਾਡੇ ਬਲਦੇਵ ਸਿੰਘ ਜੀ ਸਿਰਸਾ ਦਾ ਜਿਨ੍ਹਾਂ ਨੇ ਪੰਜਾਬ ਦੇ ਸ਼ਾਨਾਮਤੀ ਇਤਿਹਾਸ 'ਤੇ ਕੁਛ ਟਿੱਪਣੀਆਂ ਕਰਕੇ ਕੁਛ ਗਲਤ ਲੇਖਾਵਾਂ ਕਰਕੇ ਕੁਝ ਕਿਤਾਬਾਂ ਪਿਛਲੇ ਸਮੇਂ ਦੇ ਵਿੱਚ ਜੋ ਛਪੀਆਂ ਸਨ ਉਸ ਦੇ ਲਈ ਇੱਕ ਝੰਡਾ ਬੁਲੰਦ ਕੀਤਾ ਉਸ ਦੇ ਲੜਾਈ ਦੇ ਲਈ ਉਸ ਦੇ ਲੇਖਕਾਂ ਨੂੰ ਉਸ ਦੇ ਪ੍ਰਬੰਧਕਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੋ ਅੱਜ ਉਸ ਵਿਸ਼ੇ 'ਤੇ ਹੀ ਸਾਡੀ ਜੋ ਗੱਲਬਾਤ ਹੋਈ ਹੈ ਅਤੇ ਅੱਜ ਪੰਜਾਬ ਦੇ ਰਾਜਪਾਲ ਨੂੰ ਉਹ ਮਿਲਣਗੇ ਔਰ ਇਸ ਬਾਰੇ ਇੱਕ ਮੰਗ ਪੱਤਰ ਦੇਣਗੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਫੋਕਸ ਪੰਜਾਬੀ ਦੀ ਟੀਮ ਨਾਲ ਤੁਸੀਂ ਗੱਲਬਾਤ ਕੀਤੀ ਸੋ ਸਾਰੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਅਤੇ ਭਾਈ ਸਾਹਿਬ ਦਾ ਇੱਕ ਵਾਰ ਫਿਰ ਫਤਿਹ ਦੇ ਨਾਲ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵੱਲੋਂ ਅਤੇ ਆਪਣੀ ਜੋ ਜਥੇਬੰਦੀ ਜਿਹੜੀ ਸਾਡੀ ਕੱਲ੍ਹ ਉੱਥੋਂ ਚੱਲੇ ਹੈ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਉਹਨਾਂ ਵੱਲੋਂ ਔਰ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਜਿਹਦੇ 'ਚ ਮੇਰੇ ਨਾਲ ਸਰਦਾਰ ਅਜੀਤ ਸਿੰਘ ਜੀ ਵੀ ਬੈਠੇ ਬਾਠ ਸਾਹਿਬ ਬੈਠੇ ਨੇ ਹੋਰ ਵੀ ਜਿਹੜੇ ਲੰਬੇ ਸਮੇਂ ਤੋਂ ਮੇਰੇ ਨਾਲ ਪੰਸਾ ਸਿੰਘ ਚੱਲ ਰਹੇ ਨੇ ਸਰਦਾਰ ਗੁਰਨਾਮ ਸਿੰਘ ਜੀ ਖੱਕ ਸਾਹਿਬ ਵੀ ਬੈਠੇ ਨੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਤੁਹਾਡਾ ਪੂਰੀ ਟੀਮ ਦਾ ਜਿਹੜਾ ਹੈ ਉਹ ਧੰਨਵਾਦ ਕਰਦਾ ਹੈ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਾ ਜੋ ਦੇਸ਼ ਵਿਦੇਸ਼ 'ਚ ਬੈਠੇ ਨੇ ਅਤੇ ਇੱਕੋ ਹੀ ਪੀ ਲੈ ਕੇ ਆਓ ਆਪਾਂ ਸਾਰੇ ਰਲ ਕੇ ਧੜਿਆਂ ਅਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਚੱਲ ਕੇ ਅਤੇ ਆਪਾਂ ਚੱਲ ਕੇ ਇਹ ਕੌਮ ਦੇ ਚੜ੍ਹਦੀ ਕਲਾ ਵਾਸਤੇ ਅਤੇ ਇਹ ਸਿੱਖ ਦੁਸ਼ਮਣ ਜਮਾਤਾਂ ਨੂੰ ਜਿਹੜਾ ਸਜ਼ਾਵਾਂ ਦਿਵਾਉਣ ਵਾਸਤੇ ਇਕੱਠੇ ਹੋ ਕੇ ਰਲ ਕੇ ਹਮਲਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ